पिछली रात उन्होंने अश्लील गाने चलाए ने, शराब दियां बोतलां दिखा के डांस किए गए ने, बकायदा बड़े अभद्र शब्द बोले गए ने, जिन्हां नूं वेख के अज असी वेरके थाने दे विच बयान करवा के दरखास्त दे के उन्होंने उपर असी एफ आई आर करवा रहे हैं कि जे एफ आई आर नहीं कट्टी जाती तो असी रोड के उपर बैठांगे और पूरा तमाशा करके पुलिस का भी नाल करांगे, तमाशा के नाल जिन्होंने रामलीला दे विच काम किया उन्हों का भी तमाशा करांगे, बख्शा किसी नूं भी नहीं जाएगा। लेकिन पुलिस प्रशासन ने साडा साथ दिता। अमृतसर दे हलका पूर्वी अधीन आउंदे इलाका वीरका च रामलीला दौरान स्टेज दे उत्ते अश्लील गाणिआं ते एक्ट कर रहे कलाकारां दे वल्लों डांस कीता गया अते हथ दे विच शराब दीआं बोतलां फड़ के नचण दी वीडियो खूब वायरल होई। दस दी कि इह मामला हुण पूरी तरह गरमाया होया है, जिस तों बाद धार्मिक जथेबंदियां च काफ़ी ज़्यादा रोस भी पाया जा रहा है। ਦੱਸਦੀ ਕਿ ਇਸ ਮਾਮਲੇ ਦੇ ਵਿੱਚ ਸਿਵਸੈਨਾ ਆਗੂਆਂ ਦੇ ਵੱਲੋਂ ਐਫ ਆਈ ਆਰ ਦਰਜ ਵੀ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਰਾਮਲੀਲਾ ਪ੍ਰਬੰਧਕਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਹੈ ਅਤੇ ਉਹਨਾਂ ਦੇ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਅੱਜ ਅਸੀਂ ਥਾਣੇ ਆਇਆ ਸੀ ਸਿਵਸੈਨਾ ਟਕਸਾਲੀ ਆਪਣੇ ਦਵੇਸਰ ਹੋਣਾ ਨਾਲ ਲੈ ਕੇ ਆਏ। ਇਹਨਾਂ ਦਾ ਰਾਤੀ ਮੈਨੂੰ ਮੈਸੇਜ ਆਇਆ ਕਿ ਕੁਛ ਲੋਕ ਜਿਹੜੇ ਵੇਰਕੇ ਦੇ ਵਿੱਚ ਰਾਮਲੀਲਾ ਕਰਾ ਰਹੇ ਨੇ, ਬੀਤੀ ਰਾਤ ਉਹਨਾਂ ਨੇ ਅਸ਼ਲੀਲ ਗਾਣੇ ਚਲਾਏ ਨੇ, ਸ਼ਰਾਬ ਦੀਆਂ ਬੋਤਲਾਂ ਦਿਖਾ ਕੇ ਡਾਂਸ ਕੀਤੇ ਗਏ ਨੇ, ਬਕਾਇਦਾ ਬੜੇ ਅਭੱਦਰ ਸ਼ਬਦ ਬੋਲੇ ਗਏ ਨੇ, ਜਿਨ੍ਹਾਂ ਨੂੰ ਵੇਖ ਕੇ ਅੱਜ ਅਸੀਂ ਵੇਰਕੇ ਥਾਣੇ ਦੇ ਵਿੱਚ ਬਿਆਨ ਕਰਵਾ ਕੇ ਦਰਖਾਸਤ ਦੇ ਕੇ ਉਹਨਾਂ ਦੇ ਉੱਪਰ ਅਸੀਂ ਐਫ ਆਈ ਆਰ ਕਰਵਾ ਰਹੇ ਹਾਂ। ਐਫ ਆਈ ਆਰ ਕਰਵਾ ਦਿੱਤੀ ਹੈ ਜਿਨ੍ਹਾਂ ਦੀ ਜਲਦ ਹੀ ਗ੍ਰਿਫਤਾਰੀ ਹੋ ਜਾਏਗੀ ਉਹਨਾਂ ਪ੍ਰਬੰਧਕਾਂ ਦੀ। ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਇਹ ਸੀਗਾ ਕਿ ਜੇ ਐਫ ਆਈ ਆਰ ਨਹੀਂ ਕੱਟੀ ਜਾਂਦੀ ਅਤੇ ਅਸੀਂ ਰੋਡ ਦੇ ਉੱਪਰ ਬੈਠਾਂਗੇ ਔਰ ਪੂਰਾ ਤਮਾਸ਼ਾ ਕਰਕੇ ਪੁਲਿਸ ਦਾ ਵੀ ਨਾਲ ਕਰਾਂਗੇ, ਤਮਾਸ਼ਾ ਦੇ ਨਾਲ ਜਿਨ੍ਹਾਂ ਨੇ ਰਾਮਲੀਲਾ ਦੇ ਵਿੱਚ ਕੰਮ ਕੀਤਾ ਉਹਨਾਂ ਦਾ ਵੀ ਤਮਾਸ਼ਾ ਕਰਾਂਗੇ, ਬਖਸ਼ਿਆ ਕਿਸੇ ਨੂੰ ਵੀ ਨਹੀਂ ਜਾਏਗਾ। ਲੇਕਿਨ ਪੁਲਿਸ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ, ਅੱਛੇ ਮਾਹੌਲ ਦੇ ਵਿੱਚ ਗੱਲਬਾਤ ਬੈਠਿਆ ਹੋਈਏ ACP ਸਾਹਿਬ ਨਾਲ ਵੀ, SHO ਸਾਹਿਬ ਨਾਲ ਵੀ, ਉਹਨਾਂ ਨੇ ਦੇਖੋ ਕੱਟਤੀ FIR ਔਰ ਮੇਰੇ ਖਿਆਲ 'ਚ ਰਾਤ ਤੱਕ ਇਹ ਬੰਦੇ ਵੀ ਚੁੱਕੇ ਜਾਣਗੇ। ਅੱਜ ਰਾਤ ਨੂੰ ਰਾਮਲੀਲਾ ਵੀ ਨਹੀਂ ਹੋਏਗੀ, ਜੇ ਅੱਜ ਰਾਤ ਨੂੰ ਰਾਮਲੀਲਾ ਇੱਥੇ ਵੇਰਕੇ 'ਚ ਹੋਏਗੀ ਤਾਂ ਆਪਣੀ ਸਾਰੇ ਮੈਂਬਰ ਲੈ ਕੇ ਅਸੀਂ ਦਵੇਸਰ ਜੀ ਅਤੇ ਕੌਸ਼ਲ ਜੀ ਇੱਥੇ ਪਹੁੰਚਣਗੇ ਅਤੇ ਰਾਮਲੀਲਾ ਨੂੰ ਪੱਕੇ ਤੌਰ 'ਤੇ ਬੰਦ ਕਰਾਇਆ ਜਾਏਗਾ। ਔਰ ਮੈਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਕਿ ਇਹਨਾਂ ਲੋਕਾਂ ਨੂੰ ਪਰਮਿਸ਼ਨ ਦੇਣੀ ਹੀ ਨਹੀਂ ਚਾਹੀਦੀ ਰਾਮਲੀਲਾ ਦੀ। ਸ਼ਹਿਰ ਦੇ ਵਿੱਚ ਚਾਰਾਂ ਨੁੱਕਰਾਂ 'ਚ ਚਾਰ ਰਾਮਲੀਲਾ ਹੋਣੀਆਂ ਚਾਹੀਦੀਆਂ, ਮੇਨ ਜਿਹੜੇ ਮੰਦਰ ਨੇ ਉਹਨਾਂ 'ਚ ਰਾਮਲੀਲਾ ਹੋਵੇ, ਤਾਂ ਕਿ ਜਿਹੜੇ ਨਿੱਕੇ ਨਿੱਕੇ ਗਲੀਆਂ ਮੁਹੱਲਿਆਂ ਦੇ ਵਿੱਚ ਰਾਮਲੀਲਾ ਕਰਦੇ ਨੇ, ਪਿਛਲੇ ਸਾਲ 40 ਖੂਹ ਦੇ ਕੋਲ ਰਾਮਲੀਲਾ ਹੋ ਰਹੀ ਸੀਗੀ, ਦੁਸਹਿਰਾ ਮਨਾਇਆ ਜਾ ਰਿਹਾ ਸੀਗਾ, ਕਿੰਨੇ ਲੋਕ ਮਾਰੇ ਗਏ। ਔਰ ਇਸ ਤਰ੍ਹਾਂ ਹੀ ਇਹ ਗੰਦੇ ਗੰਦੇ ਗਾਣੇ ਬੁਲਵਾਉਂਦੇ ਨੇ ਸਟੇਜ ਦੇ ਉੱਪਰ, ਸ਼ਰਾਬ ਦੀਆਂ ਬੋਤਲਾਂ ਰੱਖ ਕੇ ਕਿਹੋ ਜਿਹੇ ਡਾਂਸ ਹੋ ਰਹੇ ਨੇ, ਨਾਚ ਹੋ ਰਹੇ ਨੇ, ਇਹਨਾਂ ਚੀਜ਼ਾਂ 'ਤੇ ਤਾਂ ਹੀ ਰੋਕ ਲੱਗੇਗੀ ਜੇ ਅਸੀਂ ਇਹਨਾਂ ਨੂੰ ਰੋਕ ਦੇਵਾਂਗੇ। ਔਰ ਇਹਨਾਂ ਜਿਹੜੇ ਲੋਕ ਉੱਥੇ ਡਾਂਸ ਕਰ ਰਹੇ ਸੀਗੇ, ਜਿਹੜੇ ਸਿੰਗਰ ਬਣ ਕੇ ਨੱਚ ਰਹੇ ਸੀਗੇ ਜਾਂ ਗਾਣੇ ਗਾ ਰਹੇ ਸੀਗੇ, ਉਹਨਾਂ 'ਤੇ ਵੀ FIR ਉਹਨਾਂ ਨੂੰ SHO ਸਾਹਿਬ ਨੂੰ ਕਿਹਾ ਕਿ ਉਹਨਾਂ ਨੂੰ ਵੀ ਅਣਪਛਾਤੇ ਨਾਮਾਂ ਦੇ ਵਿੱਚ ਪਾਇਆ ਗਿਆ, ਉਹਨਾਂ 'ਤੇ ਵੀ ਬੰਦੀ ਕਾਰਵਾਈ ਕਰਵਾਈ ਜਾਏਗੀ, ਕਿਉਂਕਿ ਉਹਨਾਂ ਦੇ ਨਾਮ ਨਹੀਂ ਫਿਲਹਾਲ ਪਤਾ, ਨਾਮ ਉਹਨਾਂ ਦਾ ਕਿੱਸਾ ਪੈ ਚੁੱਕਿਆ। ਔਰ ਕਿਸੇ ਵੀ ਸੂਰਤ 'ਚ ਨਹੀਂ ਕੀਤਾ ਜਾਏਗਾ। ਲੇਕਿਨ ਇਹ ਜਿਹੜਾ ਕੰਮ ਹੈ, ਇਹ ਕੰਮ ਜਿਹੜਾ ਸੀਗਾ ਦੁਰਗਿਆਣਾ ਮੰਦਿਰ ਦਾ ਸੀਗਾ, ਦੁਰਗਿਆਣਾ ਮੰਦਿਰ ਨੂੰ ਚਾਹੀਦਾ ਸੀਗਾ ਕਿ ਇਹਨਾਂ ਲੋਕਾਂ ਦੇ ਉੱਪਰ ਇਹ ਚੀਜ਼ਾਂ ਦਾ ਵੱਲ ਆਵਾਜ਼ ਰੱਖਣ, ਆਪਣੇ ਬੰਦੇ ਛੱਡ ਕੇ, ਅਤੇ ਜਿਹੜੇ ਲੋਕ ਵੀ ਇਹੋ ਜਿਹੀ ਰਾਮਲੀਲਾ ਗਲਤ ਤਰੀਕੇ ਨਾਲ ਕਰਦੇ ਨੇ ਜਾਂ ਗਲਤ ਗਾਣੇ ਵਜਾਉਂਦੇ ਨੇ, ਅਸ਼ਲੀਲ ਗਾਣੇ ਚਲਾਉਂਦੇ ਨੇ ਜਾਂ ਸ਼ਰਾਬ ਦੀਆਂ ਬੋਤਲਾਂ ਚਲਾਉਂਦੇ ਨੇ, ਉਹਨਾਂ ਦੇ ਉੱਪਰ ਦੁਰਗਿਆਣਾ ਮੰਦਿਰ ਦੇ ਪ੍ਰਧਾਨ ਵੱਲੋਂ ਕਾਰਵਾਈ ਕਰਵਾਉਣੀ ਚਾਹੀਦੀ ਹੈ। ਲੇਕਿਨ ਦੁਰਗਿਆਣਾ ਮੰਦਿਰ ਮੇਰੇ ਖਿਆਲ 'ਚ ਸੁੱਤਾ ਵੇ, ਉਹ ਕੋਈ ਕਾਰਵਾਈ ਕਰਕੇ ਰਾਜ਼ੀ ਨਹੀਂ, ਉਸ ਕਰਕੇ ਸਾਨੂੰ ਆਪਣੇ ਸੰਗਠਨਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ, ਅਤੇ ਸਾਨੂੰ ਔਰ ਇਹਦੇ ਵਿੱਚ। ਇਸ ਦੌਰਾਨ ਥਾਣਾ ਬੀਰਕਾ ਦੇ ਇੰਚਾਰਜ ਨੇ ਕਿਹਾ ਕਿ ਉਹਨਾਂ ਨੂੰ ਹਿੰਦੂ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਰਾਮਲੀਲਾ ਪ੍ਰਬੰਧਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ।
जिस दे संबंध विच रामलीला प्रबंधकां दे उत्ते कानून मुताबिक बनदियां धरावां लगा के परचा दर्ज किया गया है। उन्होंने कहा कि जल्द तो जल्द मुलजमां नूं गिरफ्तार भी किया जाएगा। देखो जी, अज सानूं शिवसेना दे अपना प्रधान कौशल शर्मा जी, पंकज दवेसर जी ते सुधीर सूरी जी, इन्हां वल्लों एक सानूं जिहड़ा बयान दर्ज कराया गया वा, जिहदे विच इन्हां ने दस्सिया कि वेरके विखे जिहड़ी रामलीला लगती आ, इहदे विच जिहड़ा प्रबंधकां वल्लों कुछ जिहड़े आर्टिस्ट आ उन्हां वल्लों जिहड़ा वा रामलीला दे दौरान स्टेज दे उपर जिहड़ा वा कोई जिहड़े अपना फिल्मां दे जिहड़े आ गाने लगा के अश्लील जिहड़ा वा डांस उत्थे करवाया गया, ते नाल जिहड़ा शराब दीआं बोतलां हत्थ 'च फड़वा के ते जिहड़ा गलत जिहड़ी प्रदर्शनी जिहड़ी आ धार्मिक स्टेज ते कीती गई आ, इहदे संबंध 'च सानूं उन्हां ने जिहड़ा बयान लिखाया इहदे आधार ते FIR नंबर 90 अंडर सैक्शन 295 ते 298 IPC FIR जिहड़ी आ थाने वीर के दर्ज रजिस्टर कीती गई आ। ਦੋਸ਼ੀਆਂ ਦੇ ਖਿਲਾਫ ਜਿਹੜਾ ਬਾਈ ਨੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ। ਇਹਨਾਂ ਵਿੱਚ ਇੱਕ ਇਹਨਾਂ ਦੇ ਪ੍ਰਧਾਨ ਨੇ ਜੀ, ਆਪਣੇ ਜਿਹੜੇ ਆ ਇਹਨਾਂ ਦੇ ਕਲੱਬ ਦੇ ਜਗਵਿੰਦਰ ਭੋਲਾ, ਸੁਨੀਲ ਅਤਰੀ, ਇੱਕ ਰਿਪਲ ਨਾਂ ਦਾ ਲੜਕਾ ਜੀ, ਅਤੇ ਬਾਕੀ ਜਿਹੜੇ ਦੋ ਹੋਰ ਹੈਗੇ ਜੀ। ਇਹ ਚੌਥਾ ਹੈਗਾ ਇਹਨਾਂ ਦਾ ਸ਼ੀਲਾ ਅਤੇ ਇੱਕ ਬੱਲੂ ਅਤਰੀ ਨਾਂ ਦਾ ਸ਼ਖਸ। ਬਾਕੀ ਇਹਨਾਂ ਦੀ ਗ੍ਰਿਫਤਾਰੀ ਲਈ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋ ਤਿੰਨ ਅਣਪਛਾਤੇ ਵੀ ਹੈਗੇ ਜੀ, ਉਹਨਾਂ ਦੀ ਸ਼ਨਾਖਤ ਜਿਹੜੀ ਆ ਤਫਤੀਸ਼ ਦੇ ਦੌਰਾਨ ਕੀਤੀ ਜਾਊਗੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬ ਲੋਕ ਚੈਨਲ।